ਉਸਨੇ ਵੀ ਪੂਰੀ ਤਾਕਤ ਝੋਂਕੀ ਹੋਈ ਹੈ ਇਲੈਕਸ਼ਨਸ ਦੇ ਵਿੱਚ। ਯੂਨੀਵਰਸਿਟੀ ਦੇ ਵਿੱਚ ਇਹ ਚੋਣਾਂ ਹੋਣੀਆਂ ਨੇ ਤਾਂ ਕਿਸ ਤਰ੍ਹਾਂ ਦੀ ਤਿਆਰੀ ਹੈ ਇਹਨਾਂ ਦੀ? ਸਾਡੇ ਨਾਲ ਇਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਨੇ ਜਿਹੜੇ ਉਹ ਮੌਜੂਦ ਨੇ, ਸਮਰਬੀਰ ਸਿੰਘ, ਇਹਨਾਂ ਨਾਲ ਗੱਲ ਕਰਾਂਗੇ। ਸਮਰ, ਪਾਰਟੀ ਨੇ ਐਤਕੀ ਸਾਰੇ ਜਿਹੜੇ ਉਹਦੇ ਨੇ ਚਾਰਾਂ ਤੇ ਆਪਣਾ ਕੈਂਡੀਡੇਟ ਹੈ ਜਿਹੜਾ ਖੜਾ ਕੀਤਾ ਹੈ, ਤੇ ਕਿਵੇਂ ਦੇਖਦੇ ਹੋ, ਕਿੰਨੀ ਕੁ ਜ਼ਿਆਦਾ ਵੱਡੀ ਚੁਣੌਤੀ ਮੰਨਦੇ ਹੋ ਤੁਸੀਂ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਮਰਬੀਰ ਸਿੰਘ ਕੰਬੋਜ, ਮੈਂ ਯੂਐਲਐਸ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਦਾ ਛਾਤਰ ਹਾਂ ਤੇ ਮੈਂ ਇਸ ਵਾਰ ਵਾਈਸ ਪ੍ਰੈਜ਼ੀਡੈਂਟ ਲਈ ਚੋਣ ਲੜ ਰਿਹਾ। ਤੇ ਜਿੱਥੇ ਆਪਾਂ ਗੱਲ ਕਰਦੇ ਹਾਂ ਵੀ ਚਾਰੇ ਸੀਟਾਂ ਤੇ ਖੜੇ ਹੋਣ ਦੀ, ਤਾਂ ਉਹਦੇ ਵਿੱਚ ਤਾਂ ਗੱਲ ਇਹ ਹੈ ਜੀ ਵੀ ਜੇ ਚਾਰ ਸੀਟਾਂ ਬਣੀਆਂ ਕਾਉਂਸਲ ਦੇ ਵਿੱਚ, ਉਹ ਕਿਸੇ ਗੱਲ ਨੂੰ ਬਣੀਆਂ। ਜੇ ਸਾਰੇ ਨੇ ਸਿਰਫ ਪ੍ਰਧਾਨਗੀ ਲੈਣੀ ਹੁੰਦੀ ਹੈ ਤਾਂ ਫਿਰ ਉਹ ਸਿਰਫ ਚੌਧਰ ਵਾਲੀ ਗੱਲ ਹੋ ਜਾਂਦੀ ਹੈ, ਇੱਕ ਚੀਜ਼ ਵਿਖਾਣੀ ਹੈ। ਜਾਂ ਤਾਂ ਫਿਰ ਤੁਸੀਂ ਇਹ ਕਹਿ ਦਿਓ ਵੀ ਪ੍ਰਧਾਨਗੀ ਸਿਰਫ ਮੇਨ ਹੈ ਤੇ ਆਪਾਂ DSW ਨੂੰ ਕਹਿ ਦਿੰਦੇ ਹਾਂ ਵੀ ਬਾਕੀ ਸੀਟਾਂ ਰੱਦ ਕਰ ਦੇਣਾ, ਆਪਾਂ ਰਿਸੋਰਸਿਸ ਕਿਉਂ ਵੇਸਟ ਕਰ ਰਹੇ ਹਾਂ, ਰਾਈਟ? ਤੇ ਜੇ ਆਪਾਂ ਗੱਲ ਕਰੀਏ ਇਹਦੇ ਵਿੱਚ ਚੈਲੰਜਸ ਦੀ, ਤਾਂ ਦੇਖੋ ਚੈਲੰਜਸ ਤਾਂ ਹਰੇਕ ਚੀਜ਼ 'ਚ ਹੁੰਦੇ ਆ। ਯੋਧਾ ਤਾਂ ਉਹੀ ਹੈ ਜਿਹੜਾ ਮੈਦਾਨ ਦੇ ਵਿੱਚ ਡਟ ਕੇ ਰਹੇਗਾ। ਇਹ ਚੀਜ਼ਾਂ ਤਾਂ ਬਾਅਦ ਦੀਆਂ ਹੁੰਦੀਆਂ ਵੀ ਕਿੱਦਾਂ ਦਾ ਮਾਹੌਲ ਹੈ, ਕਿਵੇਂ ਦਾ ਨਹੀਂ ਹੈ। ਮਾਹੌਲ ਤਾਂ ਜਿਵੇਂ ਦਾ ਆਪਾਂ ਚਾਹਾਂਗੇ ਉਵੇਂ ਬਦਲ ਵੀ ਸਕਦੇ ਹਾਂ ਜੀ। ਅਸੀਂ ਦੇਖਿਆ ਕਿ ਜਿਹੜੇ ਪ੍ਰੈਜ਼ੀਡੈਂਟ ਕੈਂਡੀਡੇਟ ਨੇ ਤੁਹਾਡੇ, ਉਹ ਫੀਮੇਲ ਨੇ। ਇਹ ਕਿਉਂ ਸੋਚਿਆ ਕਿ ਫੀਮੇਲ ਨੂੰ ਹੀ ਪ੍ਰੈਜ਼ੀਡੈਂਟ ਦੀ ਜਿਹੜੀ ਕਮਾਨ ਹੈ ਉਹ ਦਿੱਤੀ ਜਾਏਗੀ? ਕਿਉਂਕਿ ਮੈਂ ਇੱਥੇ ਨੋਟ ਕਰ ਰਹੀ ਹਾਂ ਹੋਰ ਜਿੰਨੀਆਂ ਪਾਰਟੀਆਂ ਨੇ, ਤੁਹਾਡੇ ਇਲਾਵਾ ਇੱਕ ਹੋਰ ਪਾਰਟੀ ਹੈ ਸਿਰਫ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਨੇ ਜਿਹੜੇ ਉਹ ਫੀਮੇਲ ਐਲਾਨੇ ਨੇ। ਦੇਖੋ ਆਪਾਂ ਨੂੰ ਵੀ ਪਤਾ, ਆਪਾਂ ਗੱਲ ਗੱਲ ਤੇ ਇਕੁਆਲਿਟੀ ਦੀ ਗੱਲ ਕਰਦੇ ਹਾਂ, ਆਪਾਂ ਯੂਨਿਟੀ ਦੀ ਗੱਲ ਕਰਦੇ ਜ਼ਰੂਰ ਹਾਂ, ਬਟ ਆਪਾਂ ਨੂੰ ਉਹ ਚੀਜ਼ ਦੇਖਣ ਨੂੰ ਮਿਲਦੀ ਨਹੀਂ। ਯੂਨੀਵਰਸਿਟੀ ਦੇ ਵਿੱਚ ਵੀ 60-70% ਮੋਸਟਲੀ ਡਿਪਾਰਟਮੈਂਟਸ ਦੇ ਵਿੱਚ ਲੜਕੀਆਂ ਨੇ, ਅਤੇ ਉਹਨਾਂ ਦੀ ਰੈਪ੍ਰਜੈਂਟੇਸ਼ਨ ਆਪਣੇ ਹਿਸਾਬ ਨਾਲ ਤੁਹਾਨੂੰ ਨਹੀਂ ਲੱਗਦਾ ਵੀ ਜ਼ਰੂਰੀ ਹੈ? ਅਤੇ ਆਪਾਂ ਜਾਂ ਤਾਂ ਇਹ ਕਹਿ ਦਈਏ ਵੀ ਵਿਮੈਨ ਵਧੀਆ ਲੀਡਰਸ ਨਹੀਂ ਹੋ ਸਕਦੇ, ਫਿਰ ਤਾਂ ਤੁਸੀਂ ਕਹਿ ਦਿਓ ਵੀ ਠੀਕ ਹੈ, ਸਾਨੂੰ ਨਹੀਂ ਮਿਲਦਾ ਜੀ, ਅਸੀਂ ਤਾਂ ਕਰਕੇ ਲੜਕੇ ਖੜੇ ਕਰਦੇ ਹਾਂ। ਬਟ ਸਾਡੇ ਕੋਲ ਜੇ ਉਹੋ ਜਿਹੀ ਆਪਸ਼ਨਸ ਹੈਗੀ ਹੈ, ਜਦੋਂ ਇੱਕ ਆਪਾਂ ਇਸ ਸੋਸਾਇਟੀ ਦੇ ਵਿੱਚ ਜਿਹਦੇ 'ਚ ਰਹਿ ਰਹੇ ਹਾਂ, ਉੱਥੇ ਵਿਮੈਨਸ ਨੂੰ ਆਪਾਂ ਨੂੰ ਇਕੁਅਲ ਓਪਰਚੁਨਿਟੀ ਜਿਹੜੀ ਹੈ ਉਹ ਆਪਣਾ ਇਹ ਨਹੀਂ ਹੈਗਾ ਵੀ ਆਪਾਂ ਦੇ ਰਹੇ ਹਾਂ, ਉਹ ਡਿਜ਼ਰਵ ਕਰਦੇ ਆ ਤਾਂ ਉਹਨਾਂ ਨੂੰ ਮਿਲਦੀ ਹੈ। ਤੇ ਕਿੰਨੇ ਕੁ ਹੋਰ ਚੈਲੰਜਸ ਤੁਸੀਂ ਮੰਨਦੇ ਹੋ, ਕਿਉਂਕਿ NSUI ਤੇ ABVP ਜਿਹੜੀਆਂ ਕੜੀਆਂ ਹੋਈਆਂ ਪਾਰਟੀਆਂ ਨੇ ਉਹ ਵੀ ਇੱਥੋਂ ਹੈਗੀਆਂ ਨੇ? ਇਸ ਤੋਂ ਇਲਾਵਾ ਜਿਹੜੀ ਰੂਲਿੰਗ ਪਾਰਟੀ ਪੰਜਾਬ ਦੇ ਵਿੱਚ CYSS, ਉਹਨਾਂ ਦੇ ਸਟੂਡੈਂਟ ਵਿੰਗ ਵੀ ਇੱਥੇ ਆ ਗਏ, ਉਸ ਤੋਂ ਇਲਾਵਾ ਵੀ ਲੋਕਲ ਪਾਰਟੀਜ਼ ਨੇ ਜਿਹੜੀਆਂ ਉਹ ਪਹਿਲਾਂ ਤੋਂ ਇੱਥੇ ਮੌਜੂਦ ਨੇ, ਕਿੰਨਾ ਕੁ ਵੱਡਾ ਕੰਪੀਟੀਸ਼ਨ ਮੰਨਦੇ ਹੋ? ਸੀ, ਫਸਟ ਆਫ ਆਲ ਜਦੋਂ ਆਪਾਂ ਗੱਲ ਕਰਦੇ ਹਾਂ ਪਾਰਟੀਜ਼ ਬਾਰੇ, ਤਾਂ ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਪੰਜਾਬ ਯੂਨੀਵਰਸਿਟੀ ਦੀ ਹੀ ਪਾਰਟੀ ਹੈ। 1977 ਤੋਂ ਲੈ ਕੇ ਹੁਣ ਤੱਕ ਜੇ ਪਾਰਟੀ ਇੱਥੇ ਸਰਵਾਈਵ ਕਰ ਰਹੀ ਆ, ਇੱਥੇ ਚੱਲ ਰਹੀ ਆ, ਤਾਂ ਇਹਦੇ ਪਿੱਛੇ ਕਾਰਨ ਹੈ ਉਹ ਹੈ ਸਟੂਡੈਂਟ ਯੂਨਿਟੀ। ਜਦੋਂ ਆਪਾਂ ਗੱਲ ਕਰ ਰਹੇ ਹਾਂ ਜਿਨ੍ਹਾਂ ਵੀ ਪਾਰਟੀਜ਼ ਦੀਆਂ, ਉਹ ਸਾਰੀਆਂ ਕਿਤੇ ਨਾ ਕਿਤੇ ਪੋਲੀਟੀਕਲੀ ਐਫੀਲੇਟਡ ਨੇ, ਜਿਨ੍ਹਾਂ ਨੂੰ ਫੰਡਸ ਵੀ ਆਉਂਦੇ ਆ, ਜਿਨ੍ਹਾਂ ਦੇ ਪਿੱਛੇ ਬੈਕਿੰਗ ਵੀ ਹੁੰਦੀ ਹੈ। ਪਰ ਜਦੋਂ ਸਟੂਡੈਂਟਸ ਨੂੰ ਪਤਾ ਹੁੰਦਾ ਹੈ ਵੀ ਇਹ ਉਹ ਲੋਕ ਨੇ ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਵਾਲੇ ਜਿਨ੍ਹਾਂ ਨੇ ਇਲੈਕਸ਼ਨ ਜਿੱਤਣ ਤੋਂ ਬਾਅਦ ਦਿੱਲੀ ਵੱਲ ਜਾਂ Sector 3 ਵੱਲ ਮੂਹ ਨਹੀਂ ਕਰਨਾ, ਉਹਨਾਂ ਨੇ ਜਿੱਤ ਕੇ ਵੀ ਇੱਥੇ ਰਹਿਣਾ, ਉਹਨਾਂ ਨੇ ਹਾਰ ਕੇ ਵੀ ਇੱਥੇ ਰਹਿਣਾ, ਤਾਂ ਫਿਰ ਉਹਨਾਂ ਦਾ ਜਿਹੜਾ ਵਿਸ਼ਵਾਸ ਬਣਿਆ ਹੁੰਦਾ ਉਹ ਸਾਡੇ ਨਾਲ ਤਾਂ ਬਣਿਆ ਹੋਇਆ ਇਸ ਚੀਜ਼ ਕਰਕੇ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਸਾਡੇ ਵਿੱਚ ਦੇ ਨੇ। ਅਤੇ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ, ਤਾਂ ਉਹਦੇ ਨਾਮ ਨਾਲ ਹੀ ਪਤਾ ਲੱਗਦਾ ਵੀ ਦਿਸ ਯੂਨੀਅਨ ਇਜ਼ ਬਾਏ ਦ ਸਟੂਡੈਂਟਸ ਫੋਰ ਦ ਸਟੂਡੈਂਟਸ। ਬਹੁਤ ਬਹੁਤ ਸ਼ੁਕਰੀਆ। ਤੇ ਸਾਡੇ ਨਾਲ ਸਮਰਬੀਰ, ਜੋ ਕਿ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਦੇ ਲਈ ਯੂਨੀਵਰਸਿਟੀ ਦੇ ਵਿੱਚ ਐਜ਼ ਅ ਕੈਂਡੀਡੇਟ ਖੜੇ ਹੋਏ ਨੇ, ਇਹਨਾਂ ਦੀ ਪਾਰਟੀ ਦੇ ਵੱਲੋਂ ਚਾਰੋਂ ਸੀਟਾਂ ਤੇ ਜਿਹੜੇ ਆਪਣੇ ਕੈਂਡੀਡੇਟਸ ਨੇ ਉਤਾਰੇ ਗਏ ਨੇ, ਹੁਣ ਦੇਖਣਾ ਹੋਏਗਾ ਕਿ ਸਟੂਡੈਂਟਸ ਕਿਸ ਦੇ ਹੱਕ ਵਿੱਚ ਜਾਂਦੇ ਨੇ। ਵੀਡੀਓ ਜਰਨਲਿਸਟ ਅਨਿਲ ਦੇ ਨਾਲ ਦੈਨਿਕ ਸਵੇਰਾ TV ਦੇ ਲਈ ਚੰਡੀਗੜ੍ਹ ਤੋਂ ਹਰਸਿਮਰਤ। ਬਾਬਾ ਯਾਮੀਨ ਬੰਗਾਲੀ ਗੋਲਡ ਮੈਡਲਿਸਟ, ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ ਬੈਠੇ ਸਾਨੂੰ ਵਟਸਐਪ ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁੱਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਦਬੰਦ, ਜਾਦੂ ਟੋਣਾ, ਮਣਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ, ਮੁਹੱਬਤ। ਬਾਬਾ ਯਾਮੀਨ ਬੰਗਾਲੀ, 96435-0321।